ਹਾਂਜੀ, ਤਾਂ ਆਪਣਾ ਟੌਪਿਕ ਹੈਗਾ ਜੀ ਅੱਜ ਦਾ ਇੰਪੋਰਟੈਂਟ ਟਾਰਗੇਟਸ। ਇਹ ਬਹੁਤ ਜ਼ਿਆਦਾ ਇੰਪੋਰਟੈਂਟ, ਇਹ ਕਹਿ ਲਓ ਕਿ ਟੌਪਿਕ ਹੈ ਕਿਸੇ ਵੀ ਪੇਪਰ ਦੇ ਲਈ। ਤੁਸੀਂ ਚਾਹੇ ਜਿਹੜਾ ਮਰਜ਼ੀ ਹੈ ਜਿਹੜਾ ਪੇਪਰ ਦੇਣਾ ਹੈ, ਕਿਉਂਕਿ ਅਗਰ ਤੁਹਾਨੂੰ ਟਾਰਗੇਟਸ ਨਹੀਂ ਪਤਾ ਨਾ, ਕਿਉਂਕਿ ਟਾਰਗੇਟ ਬੇਸ ਤੇ ਇੱਕ ਅੱਧਾ ਕੁਐਸਚਨ ਡਾਇਰੈਕਟ ਬਣ ਜਾਂਦਾ, ਤਾਂ ਇਹ ਨਾ ਸਮਝੋ ਕਿ ਇੱਥੇ ਇੱਕ ਕੁਐਸਚਨ ਆ, ਇੱਥੇ ਜਿੰਨੇ ਵੀ ਤੁਹਾਨੂੰ ਟਾਰਗੇਟਸ ਲਿਖੇ ਦਿਖ ਰਹੇ ਨੇ, ਸਾਰੇ ਦੇ ਸਾਰੇ ਕੀ ਨੇ, ਆਪਣੇ ਪਾਸ ਕੁਐਸਚਨਸ ਨੇ। ਟਾਰਗੇਟ ਦੇ ਉੱਪਰੋਂ ਕੁਝ ਟਾਰਗੇਟ ਬੇਸ ਕੁਐਸਚਨ ਆਉਂਦਾ ਹੀ ਆਉਂਦਾ। ਅਗਰ ਤੁਸੀਂ ਨਾਇਬ ਤਹਿਸੀਲਦਾਰ ਦੇਖ ਲਓ, ਉਹਦੇ ਵਿੱਚ ਜਿਹੜੀ ਗਲਾਸਕੋ ਹੋਈ ਹੈ, ਆਪਣੀ ਮੀਟਿੰਗ ਹੋਈ ਹੈ, ਉਹਦੇ ਵਿੱਚ ਇੱਕ ਕੁਐਸਚਨ ਪੂਰੇ ਦਾ ਪੂਰਾ ਕਿਹਦੇ ਬੇਸ ਤੇ ਆ ਗਿਆ ਜੀ, ਟਾਰਗੇਟ ਬੇਸ ਤੇ ਹੀ ਆ ਗਿਆ। ਤਾਂ ਕਿਹੜੇ ਕਿਹੜੇ ਇੰਪੋਰਟੈਂਟ ਟਾਰਗੇਟਸ ਨੇ, ਅਗਰ P SSS ਦੇ ਪ੍ਰੀਵੀਅਸ ਈਅਰ ਕੁਐਸਚਨ ਵਿੱਚ ਆ ਕੇ ਦੇਖੋ ਤੁਸੀਂ, ਉਹਦੇ ਵਿੱਚ ਵੀ ਟਾਰਗੇਟ ਬੇਸਡ ਜਿਹੜੇ ਕੁਐਸਚਨ ਨੇ ਪੁੱਛੇ ਗਏ ਨੇ, ਠੀਕ ਹੈ ਜੀ। ਤਾਂ ਇਹਨੂੰ, ਇਸ ਟੌਪਿਕ ਨੂੰ ਆਪਾਂ ਬਿਲਕੁਲ ਵੀ ਇਗਨੋਰ ਹੈ ਜਿਹੜਾ ਨਹੀਂ ਕਰ ਸਕਦੇ, ਤਾਂ ਇਹਨੂੰ ਆਪਾਂ 1 by 1 ਡਿਸਕਸ ਕਰਦੇ ਹਾਂ। ਮੋਸਟ ਇੰਪੋਰਟੈਂਟ ਜਿਹੜੇ ਟਾਰਗੇਟਸ ਨੇ ਇੰਡੀਆ ਵੱਲੋਂ ਸੈੱਟ ਕੀਤੇ ਨੇ, ਉਹਨੂੰ ਆਪਾਂ ਕੀ ਕਰਾਂਗੇ ਜੀ, 1 by 1 ਡਿਸਕਸ ਕਰਾਂਗੇ, ਠੀਕ ਹੈ ਜੀ। ਚਲੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਟਾਰਗੇਟ ਹੈਗਾ ਆਪਣਾ, ਉਹ ਹੈਗਾ ਰਿਨਿਊਏਬਲ ਐਨਰਜੀ ਦੇ ਲਈ, ਠੀਕ ਹੈ। ਤਾਂ ਇੰਡੀਆ ਨੇ 2022 ਤੱਕ 175 ਗੀਗਾਵਾਟ ਹੈ ਜਿਹੜਾ ਆਪਣਾ, ਜਿਹੜੀ ਐਨਰਜੀ ਹੈ ਉਹ ਕਿੱਥੋਂ ਪ੍ਰੋਡਿਊਸ ਕਰਨੀ ਹੈ, ਰਿਨਿਊਏਬਲ ਐਨਰਜੀ ਤੋਂ ਪ੍ਰੋਡਿਊਸ ਕਰਨੀ ਹੈ। ਤਾਂ ਇਹ ਬਹੁਤ ਇੰਪੋਰਟੈਂਟ ਹੈ, ਕਈ ਪੇਪਰਸ ਦੇ ਵਿੱਚ ਇਹ ਜਿਹੜਾ ਟਾਰਗੇਟ ਹੈ ਪੁੱਛਿਆ ਗਿਆ। ਤਾਂ 175 ਕਿਹੜੇ ਸਾਲ ਤੱਕ ਹੈ, 2022 ਤੱਕ ਰਿਨਿਊਏਬਲ ਐਨਰਜੀ ਤੋਂ ਆਪਣੀਆਂ ਜਿਹੜੀਆਂ ਨੀਡਸ ਨੇ ਉਹਨਾਂ ਨੂੰ ਕੀ ਕਰਨਾ ਇੰਡੀਆ ਨੇ, ਫੁਲਫਿਲ ਕਰਨਾ। ਤਾਂ ਇਹ ਆਪਣਾ ਹੋ ਗਿਆ ਜੀ ਪਹਿਲਾ ਟਾਰਗੇਟ। ਉਸ ਤੋਂ ਬਾਅਦ ਸੁਪਰ ਇੰਪੋਰਟੈਂਟ ਹੈਗਾ ਜੀ ਨੈਕਸਟ, ਗਵਰਨਮੈਂਟ ਕੀ ਚਾਹੁੰਦੀ ਹੈ ਕਿ ਉਹ 10% ਬਲੈਂਡ ਕਰ ਦੇਵੇ ਕੀ ਦੀ, ਕਿਹਨੂੰ ਜੀ, ਇਥਾਨੋਲ ਜਿਹੜਾ ਆਪਣਾ ਫਿਊਲ ਹੈ, ਠੀਕ ਹੈ, ਕਿਹਦੇ ਵਿੱਚ, ਪੈਟਰੋਲ ਦੇ ਵਿੱਚ, ਕਦੋਂ ਤੱਕ, 2022 ਇਸ ਸਾਲ ਦੇ ਵਿੱਚ। ਮਤਲਬ E10, ਤੁਹਾਨੂੰ E10 ਪੁੱਛਿਆ ਜਾਂਦਾ ਜੀ ਪੇਪਰ ਦੇ ਵਿੱਚ ਕਿ E10 ਦਾ ਮਤਲਬ ਹੁੰਦਾ ਕਿ ਐਥਾਨੋਲ ਦੀ 10% ਬਲੈਂਡਿੰਗ ਕਰਨੀ ਆ, ਕਿਹਦੇ ਵਿੱਚ, ਪੈਟਰੋਲ ਦੇ ਵਿੱਚ, ਠੀਕ ਹੈ, ਜਿਹਦੇ ਨਾਲ ਕੀ ਹੋਏਗਾ, ਆਪਾਂ ਐਥਾਨੋਲ ਖੁਦ ਪ੍ਰੋਡਿਊਸ ਕਰਦੇ ਹਾਂ, ਲਾਈਕ ਸ਼ੂਗਰ ਕੇਨ ਵਗੈਰਾ ਤੋਂ ਆਪਾਂ ਐਥਾਨੋਲ ਕੀ ਕਰ ਸਕਦੇ ਹਾਂ, ਪ੍ਰੋਡਿਊਸ ਕਰ ਸਕਦੇ ਹਾਂ, ਔਰ ਮਲਟੀਪਲ ਆਈਟਮਸ ਨੇ, ਤਾਂ ਕਿ ਆਪਣੀ ਜਿਹੜੀ ਪੈਟਰੋਲ ਦੀ ਆਪਾਂ ਖਪਤ ਹੈ ਜਿਹੜੀ, ਉਹਨੂੰ ਘਟਾ ਸਕਦੇ ਹਾਂ। ਆਪਾਂ ਦੂਸਰੇ ਦੇਸ਼ਾਂ ਤੋਂ ਮੰਗਵਾਉਂਦੇ ਹਾਂ ਜੀ ਪੈਟਰੋਲ, ਠੀਕ ਹੈ, ਤਾਂ ਆਪਣੀ ਉਹ ਜਿਹੜੀ ਡਿਪੈਂਡੇਬਿਲਿਟੀ ਹੈ ਦੂਸਰੇ ਦੇਸ਼ਾਂ ਦੇ ਉੱਪਰ, ਉਹ ਕੀ ਕਰ ਹੋ ਸਕੇ, ਘੱਟ ਹੋ ਸਕੇ। ਤਾਂ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਸ ਸਾਲ ਤੋਂ 10% ਇਥਾਨੋਲ ਬਲੈਂਡਿੰਗ ਹੈ ਜਿਹੜੀ ਪੈਟਰੋਲ ਦੇ ਵਿੱਚ ਸਟਾਰਟ ਕਰ ਦਿੱਤੀ ਜਾਵੇ। ਤਾਂ ਇਹ ਜਿਹੜਾ ਟਾਰਗੇਟ ਹੈ E10 ਵਾਲਾ, ਉਹ ਕਦੋਂ ਤੱਕ ਹੈ ਜੀ ਆਪਣੇ ਪਾਸ, 2022। ਤੁਸੀਂ E20 ਵੀ ਦੇਖੋਗੇ ਕਿਤੇ, ਤੁਸੀਂ ਕਾਫੀ ਜਗ੍ਹਾ ਤੇ E20 ਵੀ ਦੇਖੋਗੇ, ਇਹਦਾ ਮਤਲਬ ਹੈ ਕਿ 20% ਪਹਿਲਾਂ ਹੌਲੀ ਹੌਲੀ ਸਟਾਰਟ ਕਰਾਂਗੇ, 10%, ਫਿਰ 20% ਇਥਾਨੋਲ ਪੈਟਰੋਲ ਚ ਮਿਲਾਵਾਂਗੇ। ਇਦਾਂ ਕਰਦੇ ਕਰਦੇ ਆਪਾਂ ਕੀ ਕਰਾਂਗੇ ਜੀ, ਹੌਲੀ ਹੌਲੀ ਇਸ ਕੰਜਮਪਸ਼ਨ ਨੂੰ ਵਧਾ ਲਵਾਂਗੇ, ਠੀਕ ਹੈ। ਤਾਂ E10 ਤੁਸੀਂ ਯਾਦ ਰੱਖਣਾ 2022 ਤੋਂ ਹੀ ਕੀ ਹੈ ਜੀ, ਕਹਿ ਰਹੇ ਨੇ ਕਿ ਆਪਾਂ ਪੈਟਰੋਲ ਚ ਬਲੈਂਡ ਕਰਨਾ ਕੀ ਕਰ ਦਾਂਗੇ, ਸਟਾਰਟ ਕਰ ਦਾਂਗੇ। ਅੱਛਾ, ਉਸ ਤੋਂ ਬਾਅਦ ਸੁਪਰ ਇੰਪੋਰਟੈਂਟ, ਇੰਡੀਅਨ ਰੇਲਵੇ ਵਿਲ ਬੀ ਰਨ 100% ਔਨ ਇਲੈਕਟ੍ਰਿਸਿਟੀ ਬਾਈ 2024, ਠੀਕ ਹੈ। ਤਾਂ 2024 ਤੱਕ ਦਾ ਸਰਕਾਰ ਦਾ ਇਹ ਟਾਰਗੇਟ ਹੈ ਕਿ ਆਪਾਂ ਇੰਡੀਅਨ ਰੇਲਵੇਜ਼ ਨੂੰ 100% ਕਿਹਦੇ ਉੱਪਰ ਚਲਾਵਾਂਗੇ ਜੀ, ਇਲੈਕਟ੍ਰਿਸਿਟੀ ਦੇ ਉੱਪਰ ਚਲਾਵਾਂਗੇ। ਤਾਂ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਆ, ਸੁਪਰ ਇੰਪੋਰਟੈਂਟ। ਇਹਦੇ ਉੱਪਰ ਤਾਂ ਆਪਾਂ ਜਿੰਨੇ ਵੀ ਸਟਾਰ ਲਗਾ ਦਈਏ, ਉਹ ਸਾਰੇ ਘੱਟ ਹੀ ਘੱਟ ਨੇ। ਇਹ ਤਾਂ ਪਤਾ ਨਹੀਂ ਕਿੰਨੇ ਹੀ ਪੇਪਰਸ ਵਿੱਚ ਇਹ ਕੁਐਸਚਨ ਹੈ ਜਿਹੜਾ ਪੁੱਛਿਆ ਗਿਆ। ਤਾਂ ਟਿਊਬਰਕਲੋਸਿਸ, TB ਨੂੰ ਐਂਡ ਕਰਨ ਦਾ ਆਪਣਾ ਜਿਹੜਾ ਟਾਰਗੇਟ ਹੈ, ਉਹ ਕਦੋਂ ਤੱਕ ਦਾ, 2025 ਤੱਕ ਦਾ। ਸਿੱਧਾ ਕੁਐਸਚਨ ਆਏਗਾ, TB ਨੂੰ ਐਂਡ ਕਰਨਾ
ਕਦੋਂ ਤੱਕ? 2024 ਹੈ, 2025 ਹੈ, 2030 ਹੈ, ਉਹ ਇੱਦਾਂ ਕਰਕੇ ਆਪਸ਼ਨ ਦੇ ਦੇਗਾ। ਤਾਂ ਟੀਵੀ ਨੂੰ ਖਤਮ ਕਰਨ ਦਾ ਜਿਹੜਾ ਆਪਣਾ ਟਾਰਗੇਟ ਹੈ ਉਹ ਹੈਗਾ ਜੀ 2025 ਤੱਕ। ਇਹ ਵੀ ਤੁਸੀਂ ਧਿਆਨ 'ਚ ਰੱਖਣਾ, ਇਹਨੂੰ ਫਿੰਗਰ ਟਿਪਸ 'ਤੇ ਕਰ ਲਓ, ਕਿਉਂਕਿ ਇਹ ਪਤਾ ਨਹੀਂ ਕਿੰਨੇ ਪਿਛਲੇ ਪੇਪਰਾਂ 'ਚ ਪੁੱਛਿਆ ਜਾ ਚੁੱਕਿਆ ਅਤੇ ਆਉਣ ਵਾਲੇ ਪੇਪਰਾਂ ਦੇ ਵਿੱਚ ਵੀ ਪੁੱਛਿਆ ਜਾ ਸਕਦਾ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਦੇਖੋ ਆਪਾਂ ਨੇ E10 ਤਾਂ ਦੇਖ ਲਿਆ ਸੀਗਾ, ਇਥਾਨੋਲ 10% ਜਿਹੜੀ ਬਲੈਂਡਿੰਗ ਕਰਨੀ ਸੀ ਆ ਗਿਆ ਜੀ ਹੁਣ E20, ਮਤਲਬ ਐਥਾਨੋਲ ਦੀ 20% ਜਿਹੜੀ ਬਲੈਂਡਿੰਗ ਹੈ। ਹੁਣ ਦੇਖੋ, ਪਹਿਲਾਂ ਤਾਂ ਸਰਕਾਰ ਨੇ ਟਾਰਗੇਟ ਰੱਖਿਆ ਸੀਗਾ ਇਹਦਾ 2030, ਕਿ ਅਸੀਂ 2030 ਤੱਕ ਐਥਾਨੋਲ ਦੀ ਜਿਹੜੀ ਬਲੈਂਡਿੰਗ ਹੈ 20% ਤੱਕ ਪੈਟਰੋਲ ਦੇ ਵਿੱਚ ਮਤਲਬ ਮਿਲਾ ਦਾਂਗੇ। ਪਰ ਉਹਨਾਂ ਨੇ ਦੇਖਿਆ ਕਿ ਟਾਰਗੇਟ ਜ਼ਿਆਦਾ ਲੇਟ ਹੈ, ਅਸੀਂ ਇਸਦੇ ਕੈਪੇਬਲ ਹੈਗੇ ਕਿ ਅਸੀਂ ਪਹਿਲਾਂ ਹੀ ਕਰ ਸਕਦੇ ਹਾਂ, ਤਾਂ ਇਹਦਾ ਟਾਰਗੇਟ ਰਿਵਾਈਜ਼ ਕਰਕੇ 2025 ਕਰਤਾ, ਠੀਕ ਹੈ ਜੀ। ਤਾਂ E10 2022 ਹੈ, E20 ਆਪਣੇ ਪਾਸ ਪਹਿਲਾਂ 2030 ਸੀਗਾ, ਹੁਣ 2000 ਕੀ ਹੋ ਚੁੱਕਿਆ, 25 ਹੋ ਚੁੱਕਿਆ, ਇਹਨੂੰ ਵੀ ਤੁਸੀਂ ਯਾਦ ਰੱਖਣਾ ਹੈ। ਅੱਛਾ, ਉਸ ਤੋਂ ਬਾਅਦ ਇੰਡੀਅਨ ਰੇਲਵੇ ਨੂੰ ਨੈੱਟ ਜ਼ੀਰੋ ਕਾਰਬਨ ਅਮਿਟ ਬਣਾਉਣਾ ਹੈ 2030 ਤੱਕ, ਸੋਰੀ, ਕਿਉਂਕਿ ਜਿਹੜੇ ਆਪਣੇ ਵਹੀਕਲਸ ਨੇ ਉਹ ਵੀ ਕਾਫੀ ਜ਼ਿਆਦਾ ਕੀ ਕਰਦੇ ਨੇ ਜੀ, ਪੋਲਿਊਸ਼ਨ ਹੈ ਕ੍ਰੀਏਟ ਕਰਦੇ ਨੇ, ਤਾਂ ਇੰਡੀਅਨ ਰੇਲਵੇਜ਼ ਦਾ ਆਪਾਂ ਨੂੰ ਪਤਾ ਹੀ ਹੈ, ਤਾਂ ਇਹਨੂੰ ਵੀ 2030 ਤੱਕ ਕੀ ਕਰਨਾ ਜੀ ਇਹਨਾਂ ਨੇ, ਨੈੱਟ ਜ਼ੀਰੋ ਕਾਰਬਨ ਅਮਿਟ ਹੈ ਜਿਹੜਾ, ਵੀ ਇਹਦੇ ਵਿੱਚੋਂ ਕੋਈ ਵੀ ਪੋਲਿਊਸ਼ਨ ਹੈ ਜਿਹੜਾ ਨਾ ਨਿਕਲੇ, ਬਿਲਕੁਲ ਜ਼ੀਰੋ ਲੈਵਲ 'ਤੇ ਕਾਰਬਨ ਹੈ ਜਿਹੜਾ ਇਹ ਅਮਿਟ ਕਰੇ, ਠੀਕ ਹੈ ਜੀ। ਅੱਛਾ, ਉਸ ਤੋਂ ਬਾਅਦ ਨੈਕਸਟ ਹੈਗਾ, ਇੰਡੀਆ ਹੈ ਸੈੱਟ ਅ ਟਾਰਗੇਟ ਟੂ ਰੀਸਟੋਰ, ਸੁਪਰ ਇੰਪੋਰਟੈਂਟ। ਹੁਣ ਦੇਖੋ, ਇੰਡੀਆ ਨੇ ਕੀ ਕੀਤਾ, ਇੱਕ ਟਾਰਗੇਟ ਸੈੱਟ ਕੀਤਾ ਕਿ ਉਹ 26 ਮਿਲੀਅਨ ਹੈਕਟੇਅਰ ਦੀ ਜਿਹੜੀ ਜ਼ਮੀਨ ਹੈ, ਕਿਹੜੀ ਜਿਹੜੀ ਕਿ ਡੀਗ੍ਰੇਡ ਹੋ ਚੁੱਕੀ ਹੈ, ਡੀਗ੍ਰੇਡ ਜ਼ਮੀਨ ਕਿਹੜੀ ਹੋਏਗੀ, ਜਿਹਦੀ ਫਰਟੀਲਿਟੀ ਘੱਟ ਚੁੱਕੀ ਹੈ, ਜਿਹੜੀ ਕਿ ਡੀਫੋਰੈਸਟਰਡ ਹੈ, ਠੀਕ ਹੈ ਜੀ, ਮਤਲਬ ਜਿਹਦੇ ਉੱਪਰ ਕਾਫੀ ਸਾਰੇ ਜੰਗਲ ਵਗੈਰਾ ਕੱਟ ਦਿੱਤੇ ਗਏ ਨੇ, ਇੱਦਾਂ ਦੀ 26 ਮਿਲੀਅਨ ਹੈਕਟੇਅਰ ਜ਼ਮੀਨ ਨੂੰ ਇੰਡੀਆ ਰੀਸਟੋਰ ਕਰੇਗਾ, ਕਦੋਂ ਤੱਕ, 2030 ਤੱਕ, ਠੀਕ ਹੈ ਜੀ। ਤਾਂ ਇਹ ਵੀ ਇੱਕ ਇੰਪੋਰਟੈਂਟ ਟਾਰਗੇਟ ਹੈ ਜਿਹੜਾ ਕਿ ਤੁਸੀਂ ਕੀ ਰੱਖਣਾ ਹੈ, ਧਿਆਨ ਦੇ ਵਿੱਚ ਰੱਖਣਾ ਹੈ, ਇਹ ਵੀ ਪੇਪਰ 'ਚ ਪੁੱਛਿਆ ਜਾ ਸਕਦਾ। ਨੈਕਸਟ ਹੈਗਾ ਜੀ 450 ਗੀਗਾਵਟ ਰੀਨੇਬਲ ਐਨਰਜੀ 2030, ਤਾਂ ਇਹ ਵੀ ਇੱਕ ਇੰਪੋਰਟੈਂਟ ਟਾਰਗੇਟ ਹੈ। ਪਹਿਲਾਂ ਆਪਾਂ ਨੇ ਕੀ ਪੜਿਆ ਸੀ, 175 ਗੀਗਾਵਟ, ਉਹ ਕਦੋਂ ਤੱਕ ਸੀ, 2022 ਤੱਕ। ਹੁਣ ਆਪਾਂ ਅੱਗੇ ਅੱਗੇ ਵਧਾਉਂਦੇ ਜਾ ਰਹੇ ਹਾਂ, ਤਾਂ 450 ਗੀਗਾਵਟ ਆਪਾਂ ਨੇ 2030 ਤੱਕ ਕੀ ਕਰਨਾ ਹੈ ਜੀ, ਕੰਪਲੀਟ ਕਰਨਾ ਹੈ। ਨੈਕਸਟ ਹੈਗਾ ਐਨਰਜੀ ਇੰਡੀਪੈਂਡੈਂਟ ਇੰਡੀਆ ਨੇ ਬਣਨਾ ਹੈ 2047 ਤੱਕ, ਇਹ ਵੀ ਧਿਆਨ 'ਚ ਰੱਖਣਾ ਹੈ। ਅਗਲਾ ਹੈਗਾ ਜੀ ਸੁਪਰ ਇੰਪੋਰਟੈਂਟ, ਨੈੱਟ ਜ਼ੀਰੋ ਕਾਰਬਨ ਐਮਿਸ਼ਨ ਇੰਡੀਆ ਕਦੋਂ ਤੱਕ ਹੋਏਗਾ ਜੀ, 2070। ਰੀਸੈਂਟਲੀ ਗਲਾਸਕੋ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇੰਡੀਆ ਨੇ ਆਪਣਾ NDC ਹੈ ਜਿਹੜਾ ਉਹ ਰਿਵਾਈਜ਼ ਕੀਤਾ ਹੈ। ਪਰ ਇੱਕ ਇੰਡੀਅਨ ਸਟੇਟ ਹੈ ਜਿਹਨੇ ਕਿ ਆਪਣਾ ਟਾਰਗੇਟ ਇੰਡੀਆ ਦੇ ਟਾਰਗੇਟ ਤੋਂ ਪਹਿਲਾਂ ਹੀ ਸੈੱਟ ਕਰਤਾ ਹੈ, ਉਹ ਹੈਗੀ ਹੈ ਜੀ ਮਹਾਰਾਸ਼ਟਰਾ। ਮਹਾਰਾਸ਼ਟਰਾ ਨੇ 2050 ਤੱਕ ਹੀ ਆਪਣੇ ਆਪ ਨੂੰ ਨੈੱਟ ਜ਼ੀਰੋ ਕਾਰਬਨ ਅਮੀਟਰ ਸਟੇਟ ਹੈ ਜਿਹੜਾ ਮਤਲਬ ਬਣਾਉਣ ਦਾ ਫੈਸਲਾ ਹੈ ਜਿਹੜਾ ਡਿਕਲੇਅਰ ਕਰਤਾ ਹੈ, ਠੀਕ ਹੈ। ਤਾਂ ਇਹ ਆਪਣਾ ਕੀ ਹੈ, ਇੰਪੋਰਟੈਂਟ ਟਾਰਗੇਟਸ ਨੇ, ਇਹਦੇ ਵਿੱਚੋਂ ਇੱਕ ਨਾ ਅੱਧਾ ਕੁਸ਼ਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਇਹ ਸਾਰੇ ਅਸੀਂ ਇੱਕ ਜਗ੍ਹਾ ਦੇ ਉੱਪਰ ਕਲੈਬੋਰੇਟ ਕਰਦੇ ਨੇ, ਤਾਂ ਕਿ ਤੁਹਾਨੂੰ ਯਾਦ ਕਰਨ ਦੇ ਵਿੱਚ ਕੀ ਹੋ ਜਾਵੇ, ਆਸਾਨੀ ਹੋ ਜਾਵੇ, ਠੀਕ ਹੈ ਜੀ। ਤਾਂ ਓਕੇ ਜੀ, ਥੈਂਕ ਯੂ।